ਆਪਣਾ ਚੋਣ ਨਿਸ਼ਾਨ ਹੀ ਬਹੁਤ ਵਧੀਆ, ਮਾਵਾਂ ਭੈਣਾਂ ਨੂੰ ਤਾਂ ਦੱਸਣਾ ਵੀ ਨਹੀਂ ਪੈਂਦਾ ਚੋਣ ਨਿਸ਼ਾਨ, ਇਹ ਤਾਂ ਸਵੇਰੇ ਸਵੇਰੇ 5 ਵਜੇ ਹਨੇਰੇ ਚ ਵੀ ਲੱਭ ਲੈਂਦੀਆਂ ਨੇ ਵੀ ਘਰੇ ਕਿੱਥੇ ਜੇ ਪਿਆ ਝਾੜੂ। ਆ ਤੁਸੀਂ ਬਹੁਤੇ ਖੁਸ਼ ਨਾ ਹੋ, ਜੇ ਲੋੜ ਪੈ ਜੇ ਸ਼ਾਮ ਨੂੰ ਵੀ ਲੱਭ ਲੈਂਦੀਆਂ ਕਿੱਥੇ ਜੇ ਪਿਆ, ਕਰਦਾ ਸਫਾਈ ਹੋਈ ਆ ਉਹ। ਇਸ ਕਰਕੇ ਅਸੀਂ ਕਹਿੰਦੇ ਹਾਂ ਇਸ ਝਾੜੂ ਨਾਲ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ, ਹੁਣ ਇਸ ਝਾੜੂ ਸੇ ਅਰਵਿੰਦ ਕੇਜਰੀਵਾਲ ਕੀ ਅਗਵਾਈ ਮੇ साउथ साइड पे दिल्ली है, हरियाणा के नॉर्थ साइड पे पंजाब है, सेंटर में हरियाणा है, और दोनों जगह पे आम आदमी पार्टी की सरकार है, दोनों जगह पे बिजली फ्री है, दोनों जगह पे हॉस्पिटल खुल रहे हैं, फ्री इलाज हो रहा है, दोनों जगह पे शानदार हॉस्पिटल बन रहे हैं, हरियाणा में क्यों नहीं बन रहे भाई? क्या गुनाह कर दिया हरियाणा वालों ने? हरियाणा वालों की क्या गलती है? चोर चक्के, वेरी गुड, बहुत अच्छा, बिल्कुल लॉक कर दिया जाए, सही आंसर। 10 साल हो गए, पिछले 10 साल तो बीजेपी है, उदू पहला कांग्रेस थी, ਉਦੋਂ ਪਹਿਲਾਂ ਇਨਾਇਲੋ ਗਨਾਇਲੋ ਫਨਾਇਲੋ ਕੀ ਕਰੀਏ ਯਾਰ, ਸਾਰਿਆਂ ਨੂੰ ਟਾਈਮ ਦੇ ਕੇ ਦੇਖ ਲਿਆ ਪੰਜਾਬ ਨੇ ਵੀ, ਅਕਾਲੀ ਦਲ, ਫਲਾਨਾ ਦਲ, ਕਾਂਗਰਸ, ਬੀਜੇਪੀ, ਕੀ ਕਰੀਏ? ਕੁਛ ਨਹੀਂ ਬਣਿਆ। ਫਿਰ ਲੋਕਾਂ ਨੇ ਇੱਕ ਨਵਾਂ ਰਸਤਾ ਲੱਭਿਆ, ਦਿੱਲੀ ਦੇ ਲੋਕਾਂ ਨੇ 2013 ਚ ਲੱਭਿਆ, ਫਿਰ 15 ਚ ਲੱਭਿਆ, ਦਿੱਲੀ ਦੇ ਲੋਕਾਂ ਨੇ 2015 ਚ ਇੱਕ ਐਸੀ ਪਟੜੀ ਬਣਾਈ ਜਿੱਥੇ ਡਬਲ ਇੰਜਣ ਨਹੀਂ ਨਵਾਂ ਇੰਜਣ ਦੌੜਦਾ, ਨਵਾਂ ਇੰਜਣ। 2022 ਚ ਪੰਜਾਬ ਦੇ ਲੋਕਾਂ ਨੇ ਇੱਕ ਐਸੀ ਪਟੜੀ ਬਣਾਤੀ ਜਿੱਥੇ ਜਮੀ ਨਵੇਂ ਯੰਗ ਮੁੰਡੇ ਕੁੜੀਆਂ MLA ਬਣ ਗਏ, ਉਹ ਬਾਦਲ ਕਾ ਸਾਰਾ ਟੱਬਰ ਹਾਰ ਗਿਆ, ਉਹ ਕੈਪਟਨ ਕਾ ਸਾਰਾ ਟੱਬਰ ਹਾਰ ਗਿਆ, ਉਹ ਮਲੂਕੇ ਭੱਠਲ ਸਭ ਹਾਰ ਗਏ। ਬਸ ਐਂ ਕਰਦੇ ਸੀ ਪੰਜਾਬ ਵਾਲੇ, ਬਸ ਉਹ ਮੈਨੂੰ ਬੱਦਲ ਬਾਈ ਉਹੀ ਲੱਗੀ ਜਾਂਦੀ ਆ ਹੁਣੇ ਵੀ ਉਵੇਂ ਜਿਵੇਂ ਹੋਣਾ, ਕਿਉਂਕਿ ਜਦੋਂ ਲੋਕ ਉੱਠ ਖੜਦੇ ਨੇ ਫਿਰ ਕੋਈ ਨੀ ਦੇਖਦਾ ਕੌਣ ਹੈ ਮੂਹਰੇ, ਫਿਰ ਤਾਂ ਹਨੇਰੀ ਝੱਖੜ ਚ ਕੋਈ ਨੀ ਦੇਖਦਾ ਕਿਹੜਾ ਬੋਰਡ ਹੈ ਕਿਹੜਾ ਪਿੱਪਲ ਹੈ, ਸਭ ਜਾਂਦੇ ਆ। ਸੋ ਵੀਰੋ ਇਹਨਾਂ ਦੀਆਂ ਗੱਲਾਂ ਚ ਨਾ ਆਇਓ, ਇਹ ਤੁਹਾਡੇ ਕੋਲ ਫੇਰ ਆਉਣਗੇ, ਇੱਕ ਮੌਕਾ ਹੋਰ ਦੇ ਦਿਓ। ਕਿੰਨੇ ਮੌਕੇ ਦਾ, 78 ਸਾਲ ਹੋ ਗਏ ਯਾਰ।